ਨਹੀਂ ਕਾਰਨ ਕੀ ਹੈ ਕਿਉਂ ਤੁਸੀਂ ਏਦਾਂ ਕਰ ਰਹੇ ਹੋ? ਨਹੀਂ, ਇਸ ਮਾਮਲੇ 'ਚ ਪਰਚਾ ਤਾਂ ਦਰਜ ਹੋ ਗਿਆ ਸਰ, ਪਰਚਾ ਦਰਜ ਤਾਂ 1 ਮਹੀਨੇ ਦਾ ਹੋਇਆ ਹੋਇਆ ਜੀ। ਫਿਰ ਮੇਰੇ ਹਸਬੰਡ ਦੀ ਲੱਤ ਤੋੜ ਕੇ ਅੱਤੇ ਅੱਤ ਮਰਿਆ ਕਰਕੇ ਉਹਨੂੰ ਠਾਪ ਚੋਂਤੇ। ਨਹੀਂ, ਤੁਸੀਂ ਆ ਪੈਟਰੋਲ ਲੈ ਕੇ ਆਏ ਹੋ, ਇਹਦੇ ਨਾਲ ਕੋਈ ਹੱਲ ਹੈ? ਤੁਸੀਂ ਆਪਣੀ ਜ਼ਿੰਦਗੀ ਕਿਉਂ ਖਰਾਬ ਕਰਨੀ ਹੈ? ਸਰ, ਮੈਂ ਮਰਿਆ ਤਾਂ ਮਰ ਗਈ ਹਾਂ ਜੀ, ਕਿਉਂਕਿ ਉਹਨਾਂ ਨੇ ਕਾਰਵਾਈ ਨਾ ਕੀਤੀ ਮੁੰਡਿਆਂ ਨੇ, ਉਹਨਾਂ ਨੇ ਉਹਨੂੰ ਮਾਰਤਾ, ਮੇਰੀ ਕੁੜੀ ਨਾਲ ਕੋਈ ਗਲਤ ਕੰਮ ਕਰਤਾ। ਮੈਂ ਇਹ ਕੀ ਕੀਤਾ, ਮੇਰਾ ਕੀ ਬਚਿਆ ਜੀ? ਫਿਰ ਸਰਿਆ ਵੀ ਮਾਫ ਚੰਨੀ ਹੈ, ਚਲੋ ਏਦਾਂ ਨਾ ਕਰੋ। ਮੇਰਾ ਨਾਮ ਰਾਜਵਿੰਦਰ ਹੈ ਜੀ। ਸਰ ਮੈਂ ਇਨਸਾਫ਼ ਨਹੀਂ ਚਾਹੀਦਾ ਮੈਨੂੰ, ਹੁਣ ਪੂਰਾ ਉਹੀ ਨਿਆਏ ਚਾਹੀਦਾ, ਕਿਉਂਕਿ ਮੇਰੇ ਬੱਚੇ ਤੇ 16 ਸਾਲ ਦੀ ਮੇਰੀ ਬੇਟੀ ਸੀਗੀ, ਉਹਦੀ ਫੇਕ ਆਈਡੀ ਬਣਾਈ ਹੋਈ, ਮੇਰੀ 20 ਮਾਰਚ ਦੀ ਰਿਪੋਰਟ ਲਿਖਾਈ ਹੋਈ, ਠੀਕ ਹੈ? ਕਾਰਨ ਜੀ ਬਦਨਾਮ ਕਰਨ ਦਾ ਬਸ। ਸਰ ਫੇਕ ਆਈਡੀ ਬਣਾਈ, ਨਾਮ ਰਾਮ ਨਾਰਾਇਣ ਸੀਗਾ ਕਲੋਨੀ ਦਾ, ਧੋਬੀ ਦਾ ਮੁੰਡਾ, ਅਤੇ ਉਹ ਤੋਂ ਸਾਨੂੰ ਨਹੀਂ ਪਤਾ, ਕਿਸੇ ਨੇ ਸ਼ੋਅ ਹੋਈ ਸਾਨੂੰ, ਉਹਨਾਂ ਨੇ ਸਾਨੂੰ ਦੱਸਤਾ ਕਿ ਇੱਦਾਂ ਆਈਡੀ ਬਣੀ ਹੋਈ ਹੈ। ਮੇਰੇ ਹਸਬੈਂਡ ਦੇ ਸਕੇ ਜੀਜਾ ਦੀ ਡੈਥ ਹੋਈ ਸੀ, ਅਸੀਂ ਉੱਥੇ ਗਏ ਹੋਏ ਸੀ, 17 ਤਰੀਕ ਦੀ ਗੱਲ ਹੈ, ਸਾਨੂੰ ਪਤਾ ਲੱਗਿਆ ਵੀ ਇੱਦਾਂ ਫੇਕ ਆਈਡੀ ਬਣੀ ਹੋਈ ਹੈ। ਮੈਂ ਉਹਨਾਂ ਨੂੰ ਮੈਂ ਕਿਹਾ ਵੀ ਆਪਾਂ ਆ ਕੇ ਰਿਪੋਰਟ ਲਿਖਾਉਂਦੇ ਹਾਂ, ਕਿਉਂਕਿ ਦੇਖੋ ਰਿਪੋਰਟ ਤਾਂ ਬਣਦੀ ਸੀਗੀ, ਹੈ ਨਾ ਸਾਡੀ, ਅਤੇ ਕੁੜੀ ਵਾਲੀ ਸੀਗੀ। ਮੈਂ ਕਿਹਾ ਚਲੋ ਮੇਰੇ ਬੱਚੇ ਦੀ ਬੇਇੱਜ਼ਤੀ ਨਾ ਹੋਵੇ, ਮੁੰਡੇ ਦੇ ਮੈਂ ਥੱਪੜ ਮਾਰ ਕੇ ਪ੍ਰੋਫਾਈਲ ਡਿਲੀਟ ਕਰਵਾਤੀ, ਉਹਨੂੰ ਕਿਹਾ ਸੀ ਆਈਡੀ ਨਾ ਡਿਲੀਟ ਕਰੀ, ਵੀ ਆਈਡੀ ਉਹੀ ਚੱਲਣ ਦੀ, ਆਈਡੀ ਉਹਦੇ ਕੋਲ ਚੱਲਦੀ ਹੋਊ। ਸਰ 2:30 ਵਜੇ ਦੀ ਗੱਲ ਸੀ, ਗੱਲ ਖਤਮ ਹੋ ਗਈ ਸੀ, ਅਸੀਂ ਰਾਤ ਦੇ 10:30 ਵਜੇ ਆਪਣੇ ਘਰੇ ਬੈਠੇ ਜਿਵੇਂ ਨੋਰ। ਤੁਸੀਂ ਇਹ ਦੱਸੋ ਅੱਜ ਤੁਸੀਂ ਇੱਥੇ ਕਿਉਂ
ਜਿਹੜਾ ਕੀ ਹੈ ਪੈਟਰੋਲ ਲੈ ਕੇ ਆ, ਉਹ ਕਾਰਨ ਕੀ ਹੈ? ਮਾਮਲਾ ਤਾਂ ਦਰਜ ਸਰ ਕੱਲ ਦਾ ਮੇਰਾ FIR ਹੋਈ ਹੋਈ ਹੈ, ਕੋਈ ਮੁੰਡਾ ਅਰੈਸਟ ਨਹੀਂ ਹੋਇਆ, ਕੁਛ ਨਹੀਂ। ਪਰਚੇ ਮੇਰੇ ਦੋ ਬਣਦੇ ਸੀ, FIR ਬਣਦੀ ਸੀ, ਇਹਨਾਂ ਨੇ ਇੱਕ ਕੀਤੀ, ਹੈ ਨਾ। ਪੂਰੀ ਤਰੀਕੇ ਨਾਲ ਕੁਛ ਨਹੀਂ ਹੋ ਰਿਹਾ ਜੀ, ਜੋ ਕਾਨੂੰਨੀ ਕਾਰਵਾਈਆਂ ਬਣਦੀਆਂ ਇਹਨਾਂ ਨੇ ਕੋਈ ਨਹੀਂ ਕੀਤੀ। ਮੇਰੇ ਬੰਦੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਜੀ ਉਹਨਾਂ ਨੇ ਸਰ। 20 March ਦੀ ਮੇਰੀ ਰਿਪੋਰਟ ਲਿਖਾਈ ਹੋਈ ਸਰ। ਮਹੀਨਾ ਤਾਂ ਹੋ ਗਿਆ ਜੀ, ਕਿੰਨਾ ਸਮਾਂ ਲੱਗ, ਜਦੋਂ ਮੇਰੇ ਸਾਰੇ ਟੱਬਰ ਦੀਆਂ ਲਾਸ਼ਾਂ ਫੈਲ ਆ ਜਾਣਗੀਆਂ ਜੀ, ਉਦੋਂ ਕਰਨਗੇ ਕੁਛ? ਮਤਲਬ ਇਹ ਮੇਰੇ ਬੱਚਿਆਂ, ਮੇਰੇ ਬੰਦੇ ਨੂੰ ਤਾਂ ਅੱਧ ਮਰਿਆ ਕਰਤਾ, ਹੁਣ ਮੇਰੇ ਬੱਚਿਆਂ ਜਾਂ ਮੇਰੇ 'ਤੇ ਅਟੈਕ ਹੋਊਗਾ ਕੁਛ, ਮੇਰੀ ਬੇਟੀ ਨਾਲ ਕੋਈ, ਰੱਬ ਨਾ ਕਰੇ ਕੋਈ ਮਿਸਹੈਪਨਿੰਗ ਹੁੰਦੀ ਹੈ, ਉਸ ਚੀਜ਼ ਦਾ ਵੇਟ ਕਰ ਰਹੇ ਨੇ ਜਿਹੜੇ ਬੰਦਿਆਂ ਨੇ ਫੇਕ ਆਈਡੀ ਬਣਾਈ ਹੈ, ਜਿਨ੍ਹਾਂ ਨੇ ਕੁੱਟੇ ਆ, ਉਹ ਤੁਹਾਡੇ ਜਾਣਕਾਰ ਹੈ? ਸਰ ਮੱਲੇ ਦੇ ਮੁੰਡੇ ਨੇ ਜੀ ਸਰ। ਵਿੱਕੀ ਪੁਰਾਣੀ ਰੰਜਿਸ਼ ਕੋਈ ਸਰ, ਉਹ ਤਾਂ ਰੱਬ ਜਾਣਦਾ ਜੀ, ਮੈਨੂੰ ਨਹੀਂ ਪਤਾ ਮੇਰੀ ਕੋਈ ਰੰਜਿਸ਼ ਉਹਨਾਂ ਨਾਲ, ਕੋਈ ਕਿਸ ਗੱਲ ਦੀ ਰੰਜਿਸ਼ ਬੇਟੀ ਨਾਲ ਕੋਈ ਹੈ ਸਰ? ਕੋਈ ਨਹੀਂ ਜੀ, ਮਤਲਬ ਨਹੀਂਗਾ ਬਸ। ਕਿੱਦਾਂ ਫੇਕ ਆਈਡੀ ਬਣਾ ਦਿੱਤਾ ਸਰ? ਬਸ ਕਾਰਨ ਇਹ ਸੀਗਾ ਜੀ, ਮੇਰੀ ਬੇਟੀ ਅਤੇ ਮੈਂ, ਮੇਰੀ ਬੇਟੀ ਕਿਸੇ ਨੂੰ ਨਹੀਂ ਦੇਖਦੀ ਜਾਂ ਕਿੱਦਾਂ। ਦੇਖੋ ਸਾਫ਼ ਸੁਥਰੇ ਬੰਦੇ ਨੂੰ ਵੀ ਲੋਕਾਂ ਨੇ ਜੀਣਾ ਹਰਾਮ ਕੀਤਾ ਹੋਇਆ, ਦੱਸੋ ਹੁਣ ਤੁਸੀਂ ਕੀ ਚਾਹੁੰਦੇ ਹੋ? ਕੀ ਸਰ, ਮੈਂ ਚਾਹੁੰਦੀ ਹਾਂ ਮੁੰਡੇ ਗ੍ਰਿਫਤਾਰ ਹੋਣ, ਉਹਨਾਂ 'ਤੇ ਬੰਦੀ, ਮੇਰੇ ਬੰਦੇ ਨੂੰ ਉਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਨੂੰ ਪੂਰੀ ਸਜ਼ਾ ਹੋਣੀ ਚਾਹੀਦੀ ਹੈ। ਉਹਨਾਂ ਦੇ ਇਹ ਕਹਿੰਦੇ ਜੀ ਘਰੇ ਤਾਲੇ ਲੱਗੇ, ਮੈਂ ਹੁਣ ਮੁਹੱਲੇ 'ਚੋਂ ਆਈ ਹਾਂ ਜੀ, ਗਿਰੀਸ਼ ਗੋਇਲ ਦੇ ਘਰੇ, ਉਹ ਕਹਿੰਦੀ ਹੈ ਨਾ ਲੇਡੀ ਮੇਰੇ ਘਰੇ ਕੈਮਰੇ ਲੱਗੇ ਨੇ, ਜਾ ਕੇ ਦੇਖੋ, ਅੱਜ ਮੈਂ ਇੱਕ ਮਾਂ ਤੜਫ ਰਹੀ ਹਾਂ, ਉਹਨਾਂ ਦੀ ਮਾਵਾਂ ਚੱਕਣ, ਫਿਰ ਆਪੀ ਮੁੰਡੇ ਆਣਗੇ। ਮੈਂ ਇੱਕ ਜਨਾਨੀ ਨਹੀਂ, ਇਹ ਜਨਾਨੀ ਨੂੰ ਲੇਡੀਜ਼ ਖੜੀ, ਪੁਲਿਸ ਖੜੀ ਹੈ, ਲੈ ਕੇ ਜਾਣ ਜਨਾਨੀਆਂ ਨੂੰ ਚੱਕਣ। ਮੈਂ ਵੀ ਤਾਂ ਇੱਕ ਜਨਾਨੀਆਂ ਥਾਣੇ 'ਚ ਫਿਰਦੀ ਹਾਂ, ਕੀ ਗੱਲ? ਮੇਰੀ ਕੋਈ ਇੱਜ਼ਤ ਨਹੀਂ, ਮੇਰੀ ਸਿਰਫ ਇਹ ਗਲਤੀ ਹੈ ਕਿ ਮੈਂ ਇੱਕ ਧੀਰੀ ਮਾਂ ਹੈ। ਮੈਂ ਕਿਉਂ, ਮੇਰਾ ਕੀ ਰਾਈਟ ਬਣਦਾ ਜੀ, ਮੈਂ ਕਿਉਂ ਜਾਊਂਗੀ? ਇਹ ਮੇਰਾ ਸਰ, ਜਾ ਕੇ ਦੇਖਣ ਜੀ ਸਰ, ਜਾ ਕੇ ਦੇਖਣ ਸਰ। ਮੈਂ ਇਹ ਹਰ ਵਾਰੀ ਮੇਰੇ ਨਾਲ ਇਹੀ ਹੋਇਆ ਜੀ, ਦੇਖੋ ਡਿਊਟੀ ਇਹਨਾਂ ਦੀ, ਮੈਨੂੰ ਬੁਲਾਉਂਦੇ ਨੇ, ਤੂੰ ਆ, ਮੇਰੇ ਕੋਲ ਉਸ ਚੀਜ਼ ਦੀਆਂ ਵੀਡੀਓ ਵੀ ਨੇ ਸਰ। ਪਹਿਲੀ ਗੱਲ ਇਹ ਦੱਸੋ, ਮੇਰਾ ਰਾਈਡ ਬਣਦਾ, ਇਹਨਾਂ ਨੂੰ ਜਦੋਂ ਕੰਪਲੇਨ ਲਿਖਾਤੀ ਹੋਈ, ਇਹਨਾਂ ਨੇ ਜਾ ਕੇ ਉਹਨਾਂ ਦੇ ਘਰਾਂ 'ਚ ਜਾਣਾ ਸਰ, ਮੈਂ ਜਾਊਂਗੀ ਕੱਲ੍ਹ, ਉਹੀ ਹੈ ਫਿਰ ਅੰਦਰ ਵੜ ਕੇ ਮੈਨੂੰ ਕੁੱਟਣਗੇ ਜਾਂ ਮੇਰੇ ਨਾਲ ਗਲਤ ਹਰਕਤ ਕਰਨੇ। ਮੈਨੂੰ ਕਹਿੰਦੇ ਸਰ, ਆਹ ਦੇਖੋ ਜੀ, ਮੈਂ FIR ਲੈਣ ਆਈ ਸੀਗੀ, ਇੱਕ ਮਹੀਨੇ ਆ ਸਵੇਰੇ ਔਨਲਾਈਨ ਕੰਪਲੇਨ ਪਾਈ ਹੈ ਜੀ ਸਰ, ਮੇਰੀ ਜਿਹੜੀ ਪਹਿਲੀ ਸੀ, ਜਿਹੜੀ ਇਹਨਾਂ ਨੇ ਪਰਚਾ ਦਬਾਤਾ, ਜਿਹੜੀ ASI ਹਰਚਰਨ ਸਿੰਘ ਦੇ ਖਿਲਾਫ ਮੈਂ ਪਾਈ ਸੀਗੀ। ਹਰਚਰਨ ਸਿੰਘ ਦੇ ਖਿਲਾਫ ਕੀ ਹੈ, ਉਹਨਾਂ ਦਾ ਕੀ ਮਾਮਲਾ ਸਰ? ਉਹ ਕੋਈ ਮੇਰੀ ਉਹਨਾਂ ਕੋਲ ਆਈ ਸੀ ਜੀ ਕੰਪਲੇਨ, ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ, ਫਿਰ ਥਾਣੇ ਦੇ ਵਿੱਚ ਮੈਨੂੰ ਰਾਤ ਨੂੰ 8-8 ਵਜੇ ਬੁਲਾਉਂਦੇ ਨੇ। ਦੇਖੋ ਸਰ, ਲੇਡੀਜ਼ ਚਾਹੇ ਮੁਲਾਜ਼ਮ ਹੈ ਚਾਹੇ ਨੋਰਮਲ ਲੇਡੀ ਆ, 8 ਵਜੇ ਥਾਣੇ ਆਉਣ ਦਾ ਕਿਸੇ ਦਾ ਰਾਈਟ ਨਹੀਂ ਬਣਦਾ ਨਾ ਜੀ। ਮੇਰੇ ਕੋਲ ਵੀਡੀਓ ਪਈਆਂ ਨੇ, ਮੈਂ 8-8 ਵਜੇ ਤੱਕ ਇੱਥੇ ਵੇਟ ਕਰਦੀ ਹਾਂ, ਜਦੋਂ ਮੈਂ ਪੁੱਛਦੀ ਹਾਂ, ਹੈ ਨਾ। ਦੇਖੋ ਸਰ, ਮੈਨੂੰ ਵੀ ਫੀਲ ਹੁੰਦਾ ਮੈਂ ਲੇਡੀਜ਼ ਹਾਂ, ਅਤੇ ਅੱਗੋਂ ਮੇਰੇ ਨਾਲ ਮੇਰੇ ਬੇਟੀ ਬਾਰੇ ਬਹੁਤ ਗਲਤ ਬੋਲੇ, ਮੇਰੇ ਕੋਲ ਵੀਡੀਓ ਤੱਕ ਵੀ ਪਈਆਂ ਨੇ ਉਹਨਾਂ ਦੀਆਂ। ਸਰ ਕੀ ਮਾਮਲਾ, ਕੀ ਮਾਮਲਾ? ਸਾਡੀ ਟੀਮ ਗਈ ਆ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਬੱਚਿਆਂ ਨੂੰ। ਲੇਡੀ ਥਾਣੇ ਦੇ ਅੰਦਰ ਪੈਟਰੋਲ ਲੈ ਕੇ ਆ ਰਹੀ, ਕਹਿੰਦੇ ਕਿ ਕਾਰਵਾਈ ਹੈ ਜਿਹੜੀ ਨਹੀਂ ਕੀਤੀ ਜਾ ਰਹੀ। ਨਹੀਂ ਨਹੀਂ, ਇੱਦਾਂ ਦੀ ਕੋਈ ਕਾਰਵਾਈ ਨਹੀਂ। ਮੈਂ ਕੱਲ੍ਹ ਮੇਰੇ ਕੋਲ ਕੇਸ ਆਇਆ ਸੀਗਾ, ਮੈਂ ਖੁਦ ਗਿਆ ਇਹਨਾਂ ਕੋਲ ਸਟੇਟਮੈਂਟ ਲੈਣ ਲਈ, ਅਤੇ ਇਹਨਾਂ ਨੂੰ ਸਟੇਟਮੈਂਟ ਲੈ ਕੇ ਆਣ ਕੇ ਉਹਦੇ 'ਚ ਥੋੜ੍ਹਾ ਸੀ, ਫਿਰ ਮੈਂ ਦੁਬਾਰਾ ਗਿਆ ਸੀ ਇਹਨਾਂ ਮੈਨੂੰ ਕੋਲ ਲੈ ਕੇ। ਇਹਨਾਂ ਦਾ ਸ਼ਾਮੀ ਫੋਨ ਆ, ਮੈਂ ਮੈਡਮ ਵੀ ਤੁਹਾਨੂੰ ਕੋਈ ਘਬਰਾਉਣ ਦੀ ਲੋੜ ਨਹੀਂ, 73 ਹੈ FIR, ਮੈਂ ਲਾਂਚ ਕਰਤੀ ਹੈ ਅਤੇ ਸਵੇਰੇ ਤੁਹਾਡੇ ਕੋਲ ਪਹੁੰਚੂ ਜਿਹੜੇ FIR। ਦੇ ਇਲਜ਼ਾਮ ਲਾ ਰਹੇ ਕਿ ਉਹਨਾਂ ਨੇ ਕੋਈ ਇਹਨਾਂ ਦੀ ਲੜਕੀ ਬਾਰੇ ਕੁਛ ਗਲਤ ਅਪਦਾਵਲੀ ਵਰਤੀ। ਨਹੀਂ, ਉਹਦੇ ਬਾਰੇ ਨਾ ਦੇਖੋ, ਮੈਡਮ ਕਹਿ ਰਹੇ ਨੇ, ਲੇਕਿਨ ਮੈਨੂੰ ਉਹਦੇ ਬਾਰੇ ਇੱਦਾਂ ਦੀ ਕੋਈ ਨੌਲੇਜ ਨਹੀਂ ਹੈ। ਅਤੇ ਜੇ ਮੈਡਮ ਕਹਿੰਦੇ ਨੇ ਇਹਨਾਂ ਨੂੰ, ਆਪਾਂ ਮੈਂ ਕਹੂੰਗਾ ਵੀ ਸਾਨੂੰ ਦੇ ਦਿਓ ਪਰੂਫ ਜਿਹੜੇ ਨੇ, ਜਾਂ ਜਿਹੜੀ ਵੀ ਉਹਦੀ ਆਪਾਂ
ਦੇਖ ਲਾਂਗੇ ਉਹਨੂੰ ਕੋਈ ਵੀ ਇਦਾਂ ਦੀ ਗੱਲ ਬਾਤ ਨਹੀਂ। ਮੈਨੂੰ ਸਿਰਫ ਜਿਹੜਾ ਮੇਰੇ ਕੋਲ ਤਾਂ ਇਹ ਕੇਸ ਕੱਲ੍ਹ ਹੀ ਆਇਆ ਸੀਗਾ, ਐਸ ਐਚ ਓ ਸਾਹਿਬ ਨੇ ਕਿਹਾ ਸੀ ਅਤੇ ਮੈਂ ਤੁਰੰਤ ਉੱਤੇ ਐਕਸ਼ਨ ਲੈਂਦੇ ਸੀ ਅਤੇ ਜੋ ਬੰਦਿਸ਼ ਕਰ ਰਹੀ ਉਹ ਆਪਣੇ ਕਰਕੇ ਨਹੀਂ। ਇਹਨਾਂ ਦੇ ਹਸਬੈਂਡ ਨੂੰ ਮੈਂ ਲੈ ਗਿਆ ਸੀਗਾ ਉਹਨੇ ਉੱਥੇ ਹੋਸਪਿਟਲ ਅਤੇ ਲੇਕਿਨ ਉੱਥੇ ਫਿਰ ਕ੍ਰਿਸ਼ਨਾ 'ਚ ਲਏ ਸੀਗੇ ਮੋਡਲ ਨੂੰ ਉੱਥੇ ਜਿਹੜਾ ਉਹਨਾਂ ਦਾ ਹੁਣ ਐਜ ਅੰਡਰ ਟ੍ਰੀਟਮੈਂਟ ਨੇ। ਇਸ ਮਾਮਲੇ 'ਚ ਕਿਸੇ ਨੂੰ ਫੜਿਆ ਗਿਆ ਹਜੇ ਤੱਕ? ਨਹੀਂ, ਪਰ ਉਹ ਕਰ ਰਹੇ ਹਾਂ ਉਹਦੇ 'ਚ, ਮੈਂ ਟੀਮ ਭੇਜੀ ਦੱਸਿਆ ਤੁਹਾਨੂੰ ਅਤੇ ਜਿਹੜਾ ਵੀ ਬੰਦਾ ਮਿਲਿਆ ਉਹਨੂੰ ਲਿਆ ਕੇ ਨਹੀਂ ਕਾਰਵਾਈ ਹੋ ਗਈ ਨਹੀਂ ਉਹ ਪਹਿਲਾਂ ਰੇਟ ਦੱਸ ਰਹੇ ਨੇ ਲੇਕਿਨ ਜਿਹੜੀ ਆ ਹੁਣ ਲੜਾਈ ਆ ਇਹ 'ਤੇ ਤੁਰੰਤ ਅਸੀਂ ਐਫ ਆਈ ਆਰ ਕਰਤੀ ਆ। ਨਹੀਂ ਉਹ ਮੈਂ ਦੱਸਿਆ ਨਾ, ਮੈਂ ਇਹਨਾਂ ਤੋਂ ਮੈਡਮ ਨੂੰ ਕਹੂੰਗਾ ਵੀ ਰਿਕੁਐਸਟ ਆ ਰਿਹਾ ਵੀ ਤੁਸੀਂ ਮੈਨੂੰ ਦੇ ਦਿਓ, ਮੈਂ ਪੱਕਾ ਜੋ ਦੁੱਧ ਦੁੱਧ ਪਾਣੀ ਦੇ ਪਾਣੀ ਕਰਾਂਗੇ। ਠੀਕ ਹੈ, ਕਿੰਨੇ ਕੁ ਲੜਕੇ ਹੋਣਗੇ? ਨਹੀਂ ਉਹ ਚਾਰ ਲੜਕੇ ਇਹਨਾਂ ਨੇ ਲਿਖਾ ਬਾਈ ਨੇਮ ਲਿਖਾਇਆ ਸੀਗਾ, ਤਿੰਨ ਚਾਰ ਇਹਨਾਂ ਨੇ ਅਨਨੋਨ ਕਿਹਾ ਸੀਗਾ, ਜਿਹੜੇ ਬਾਈ ਨੇਮ ਉਹਨਾਂ ਦੇ ਬਾਈ ਨੇਮ, ਜਿਹੜੇ ਅਨਨੋਨ ਉਹਨਾਂ ਦੇ ਅਨਨੋਨ 'ਤੇ ਪਤਾ ਸੀ। ਇਹਦੇ ਬਾਰੇ ਜਿਹੜੇ ਪਹਿਲੇ ਯੂਸ਼ੀ ਉਹਨਾਂ ਨੂੰ ਪਤਾ ਹੋਊਗਾ ਇਹਦੇ ਬਾਰੇ ਆਪਾਂ।